ਸਤਲੁਜ ਦਰਿਆ ਚ ਆਏ ਭਾਰੀ ਹੜ ਕਾਰਨ ਪੂਰੇ ਪੰਜਾਬ ਵਿੱਚ ਤਬਾਹੀ ਮਚੀ ਹੋਈ ਹੈ। ਰੂਪਨਗਰ ਤੋਂ ਬਾਅਦ ਹੁਣ ਸੁਲਤਾਨਪੁਰ ਲੋਧੀ ਦੇ ਪਿੰਡ ਮੰਡਾਲਾ ਚ ਵੀ ਸਤਲੁਜ ਦਰਿਆ ਦੇ ਪਾਣੀ ਨੇ ਕਹਿਰ ਮਚਾ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ 6 ਵਜੇ ਲੋਹੀਆਂ ਖਾਸ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਮੰਡਾਲਾ ਨੇੜੇ ਅਡਵਾਸ ਧੂਸੀ ਬੰਨ ਚ ਵੱਡਾ ਪਾੜ ਪੈ ਗਿਆ, ਜਿਸ ਤੋਂ ਬਾਅਦ ਨੇੜਲੇ ਪਿੰਡਾਂ ਦੀਆਂ ਮੁਸੀਬਤਾਂ ਵੱਧ ਗਈਆਂ ਨੇ ਅਤੇ ਲੋਕ ਖੁਦ ਹੀ ਬੰਨ ਬੰਦ ਕਰਨ ਲੱਗੇ ਨੇ। ਪਰ ਲੋਕਾਂ ਦੀਆਂ ਕੋਸ਼ਿਸ਼ਾਂ ਨਾਕਾਫੀ ਰਹੀਆਂ ਅਤੇ ਬੰਨ ਪੂਰੀ ਤਰ੍ਹਾਂ ਟੁੱਟ ਗਿਆ, ਜਿਸ ਕਾਰਨ ਪਾਣੀ ਪਿੰਡਾਂ 'ਚ ਨੂੰ ਹੁੰਦਾ ਹੋਇਆ ਹੁਣ ਸੁਲਤਾਨਪੁਰ ਲੋਧੀ ਵੱਲ ਨੂੰ ਵਧਣ ਲੱਗਿਆ। ਬੰਨ ਟੁੱਟਣ ਕਾਰਨ ਹਾਲਾਤ ਬੇਹੱਦ ਨਾਜ਼ੁਕ ਬਣ ਗਏ ਨੇ। ਪਾਣੀ ਦਾ ਬਹਾਅ ਤੇਜ਼ ਹੈ, ਜਿਸ ਕਾਰਨ ਲੋਕ ਪਾਣੀ ਤੋਂ ਬਚਣ ਲਈ ਆਪੋ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜੇ ਹੋਏ ਨੇ। ਉੱਧਰ ਬੰਨ ਦੇ ਟੁੱਟ ਜਾਣ ਤੋਂ ਕਈ ਘੰਟੇ ਬਾਅਦ ਪ੍ਰਸ਼ਾਸਨ ਅਤੇ NDRF ਦੀਆਂ ਟੀਮਾਂ ਰੈਸਕਿਊ ਲਈ ਪਹੁੰਚ ਗਈਆਂ ਨੇ ਅਤੇ ਬੰਨ ਨੂੰ ਬੰਦ ਕਰਨ ਲੱਗੀਆਂ ਨੇ। ਲੋਕ ਮਿਹਨਤ ਕਰਕੇ ਆਪਣੇ ਜਿਹੜੇ ਬੰਨ ਆ ਉਹ ਬਚਾ ਰਹੇ ਆ। ਏਰੀਆ ਇਹ ਫਿਰੋਜ਼ਪੁਰ ਜਲੰਧਰ ਦਾ ਜਿਹੜਾ ਵੀ ਆ, ਪਰ ਸਾਡੇ SDM ਸਾਹਿਬ ਖੜ੍ਹੇ ਆ ਵੀ ਜਿੱਥੇ ਵੀ ਬੋਰਿਆਂ ਦੀ ਜਾਂ ਜਿਹੜੀ ਹੈਲਪ ਦੀ ਲੋੜ ਆ ਉਹਨਾਂ ਨੂੰ ਵੀ, ਕਿਉਂ ਸਾਨੂੰ ਇਹਨਾਂ ਦਾ ਟੁੱਟ ਗਿਆ ਤਾਂ ਸਾਡੇ ਇੱਧਰ ਆ ਜਾਣਾ। ਇਸ ਕਰਕੇ ਇਹ ਵੀ ਇਹੋ ਜਿਹਾ, ਸਾਨੂੰ ਕਿਸਾਨ ਉਹ ਵੀ ਇਹੋ ਜਿਹਾ ਜੋ ਸਹਾਇਤਾ ਸਰਕਾਰ ਵੱਲੋਂ ਚਾਹੀਦੀ ਆ, ਮੈਡੀਕਲ ਕੈਂਪ, ਡੰਗਰਾਂ ਵਾਲਾ ਡਾਕਟਰ, ਫੀਡ, ਸਾਰਾ ਕੁਛ ਭਰੋਂ ਨੇ ਗੁਰਦੁਆਰੇ ਅਸੀਂ ਪਹੁੰਚਾਤਾ ਜਿੰਨ ਜੋ ਕੁਛ ਚਾਹੀਦਾ ਸੀ। ਆਰਮੀ ਵੀ ਉੱਥੇ ਆ ਗਈ ਆ, ਸਾਡੇ ਦੂਜੀ ਪੰਜਾਬ ਪੁਲਿਸ ਦੇ ਜਿਹੜੇ ਬੋਟ ਆ ਉਹ ਵੀ ਤੁਸੀਂ ਦੇਖਿਆ ਉੱਥੇ ਆ ਗਏ ਆ, ਔਰ ਜਵਾਨ ਵੀ ਆ ਗਏ ਸਾਰੇ। ਕੱਲ੍ਹ ਨੂੰ ਕੋਈ ਹੋ ਜਾਂਦੀ ਗੱਲਬਾਤ ਰੱਬ ਨਾ ਕਰੇ ਅਤੇ ਫਿਰ ਉਹਦੇ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ। ਸਭ ਤੋਂ ਪਹਿਲਾਂ ਜਾਨ ਮਾਲ ਦੀ ਰਾਖੀ ਆ, ਬਾਕੀ ਬਾਅਦ 'ਚ। 5 ਦਰ ਸੀਗੇ ਸਵੇਰੇ ਜਦੋਂ ਅਸੀਂ ਗਏ ਮੈਸਜੀਆਂ ਸਾਹਿਬ, ਅਤੇ ਮੈਂ ਫਿਰ ਉੱਥੇ ਖਲੋ ਕੇ CM ਸਾਹਿਬ ਨੂੰ ਬੇਨਤੀ ਕੀਤੀ ਵੀ ਇਹ 5 ਹੋਰ ਚੁਕਾ ਦਿਓ, ਤਾਂ ਸਾਨੂੰ ਪੁੱਛਿਆ ਉਹਨਾਂ ਨੇ ਵੀ ਕਿੱਦਾਂ ਠੀਕ ਆ ਤੁਹਾਡਾ ਬਚ ਗਿਆ, ਤਾਂ ਅਸੀਂ ਦੱਸਿਆ ਵੀ ਇੱਕੋ ਹੀ ਸਾਡੀ ਬੇਨਤੀ ਆ ਵੀ 10 ਦਰ ਜਿਹੜੇ ਪੱਕੇ ਉਹ ਚੱਕੇ ਆ ਦਿਓ ਅਤੇ ਫਿਰ ਅਸੀਂ ਬਚ ਜਾਵਾਂਗੇ। ਫਿਰ ਉਹਨਾਂ ਨੇ ਘੰਟੇ ਕੁ ਬਾਅਦ ਜਿਹੜਾ ਸਾਰਾ ਪ੍ਰਸ਼ਾਸਨ ਨੂੰ ਜਿਹੜਾ ਹੁਕਮ ਕੀਤਾ ਹੁੰਦਾ, ਇਸ ਵੇਲੇ 10 ਦਰ ਚੱਕੇ ਆ ਔਰ ਪਾਣੀ ਪਾਕਿਸਤਾਨ ਨੂੰ ਜਾ ਰਿਹਾ। ਰਿਲੀਫ ਸੈਂਟਰ ਵੀ ਬਣਾਇਆ ਔਰ MLA ਸਾਹਿਬ ਨਾਲ ਨੇ, ਸਾਡੀ ਸਾਰੀ ਟੀਮ ਹੈ ਇਹਦੇ 'ਚ, ਫੂਡ ਸਪਲਾਈ ਡਿਪਾਰਟਮੈਂਟ ਹੈ, ਦੈਨ ਵੈਟਰਨਰੀ ਡਿਪਾਰਟਮੈਂਟ ਹੈ, ਜਿੱਥੇ ਕੋਈ ਡੰਗਰਾਂ ਨੂੰ ਦਵਾਈਆਂ ਦੇਣੀਆਂ ਉਹ ਵੀ ਸਾਡੇ ਕੋਲ ਮੌਜੂਦ ਨੇ, ਔਰ ਇੱਥੇ ਤੁਸੀਂ ਦੇਖੋ ਕਿ ਸਰਕਾਰੀ ਡਾਕਟਰ ਵੀ ਹੈ, ਪ੍ਰਾਈਵੇਟ ਸੰਸਥਾ ਵੀ ਅਸੀਂ ਵਰਡ ਕੈਂਸਰ ਵਾਲੇ ਬੁਲਾਏ ਨੇ ਜਿਨ੍ਹਾਂ ਦੀ ਐਂਬੂਲੈਂਸ ਹੈਗੀ ਹੈ, ਦੈਨ ਅਸੀਂ ਆਪਣਾ NDRF ਵਾਲੀ ਟੀਮ ਵੀ ਸਾਡੇ ਕੋਲ ਹੈ, ਮੋਟਰ ਬੋਟ ਵੀ ਸਾਡੇ ਕੋਲ ਆ ਗਈ ਹੈ। ਅਸੀਂ ਪਿੰਡ ਵਾਸੀਆਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਵੀ ਆਪਣਾ ਪਾਣੀ ਜਿਹੜਾ ਹੈਗਾ ਹਾਲੇ ਤੱਕ 1.5 ਲੱਖ 1.25 ਲੱਖ ਤੱਕ ਹੈਗਾ, 2.5 ਲੱਖ ਤੱਕ ਟੱਚ ਕਰ ਜਾਏਗਾ। ਹਾਲੀ ਸਾਡਾ ਬੰਨ ਟੋਟਲੀ ਸੇਫ ਹੈ, ਕੋਈ ਐਸੀ ਗੱਲ ਨਹੀਂ, ਅਸੀਂ ਐਡਵਾਂਸ ਪ੍ਰਿਪਰੇਸ਼ਨ ਕੀਤੀਆਂ ਔਰ ਲੋਕਾਂ ਦੀ ਹਿੰਮਤ ਨਾਲ ਹੈ, ਉਹ ਵੀ ਅਸੀਂ ਜਿਹੜੇ ਖਾਲੀ ਸੀਮੈਂਟ ਬੈਗਸ ਵੀ ਉੱਥੇ ਨਾਲ ਲਗਾ ਰਹੇ ਹਾਂ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਵੀ ਇਸੇ ਥਾਂ 'ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਅਜੇ ਤੱਕ ਵੀ ਨਹੀਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਾਣੀ ਵਿੱਚ ਰੁੜ ਗਿਆ ਸੀ। ਫਿਲਹਾਲ ਮਾਮਲੇ 'ਤੇ ਵਧੇਰੇ ਜਾਣਕਾਰੀ ਦੀ ਉਡੀਕ ਹੈ, ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਹੁਣ ਇਸ ਬੰਨ ਨੂੰ ਕਦੋਂ ਤੱਕ ਪੂਰ ਪਾਉਂਦਾ ਹੈ, ਜਾਂ ਫਿਰ ਘੱਗਰ ਦਰਿਆ ਵਾਂਗੂ ਇਹ ਬੰਨ ਵੀ ਕਈ ਦਿਨ ਇਸੇ ਤਰ੍ਹਾਂ ਚੱਲਦਾ ਰਹੇਗਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।